ਜ਼ਿਲ੍ਹਾ ਤਰਨਤਾਰਨ ਅਧੀਨ ਆਉਂਦੇ ਪਿੰਡ ਬੰਗਲਾ ਰਾਏ ਦੇ ਰਹਿਣ ਵਾਲੇ ਦੋ ਅਨਾਥ ਭੈਣ ਭਰਾਵਾਂ ਨੇ ਸਮਾਜ ਸੇਵੀ ਵੀਰਾਂ ਤੋਂ ਮਹੀਨਾਵਾਰ ਰਾਸ਼ਨ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਲੜਕੀ ਅੰਮ੍ਰਿਤ ਕੌਰ ਉਮਰ 14 ਸਾਲ ਪੁੱਤਰੀ ਸਵਰਗਵਾਸੀ ਸੁਖਦੇਵ ਸਿੰਘ ਕੌਮ ਮਜ਼੍ਹਬੀ ਸਿੱਖ ਨੇ ਦੱਸਿਆ ਕਿ ਉਸਦੇ ਮਾਤਾ ਪਿਤਾ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ। ਮੌਤ ਤੋਂ ਬਾਅਦ ਉਸਦਾ ਇੱਕ ਭਰਾ ਆਪਣੀ ਪਤਨੀ ਨਾਲ ਸਹੁਰੇ ਜਾ ਕੇ ਰਹਿਣ ਲੱਗਾ, ਪਰ ਛੋਟਾ ਭਰਾ ਅਤੇ ਭੈਣ ਦੋਵੇਂ ਅਮੀਰ ਘਰਾਂ ਦਾ ਕੰਮ ਕਾਰ ਕਰਕੇ ਜ਼ਿੰਦਗੀ ਜਿਉਣ ਲੱਗੇ। ਉਸਨੇ ਕਿਹਾ ਕਿ ਉਹਨਾਂ ਛੋਟਾ ਭਰਾ ਵਿੱਕੀ ਵੀ ਕੋਈ ਕੰਮ ਕਾਰ ਨਹੀਂ ਕਰਦਾ ਹੈ ਅਤੇ ਉਹ ਖੁਦ ਅਮੀਰ ਘਰਾਂ ਦਾ ਕੰਮ ਕਾਰ ਕਰਕੇ ਭਰਾ ਅਤੇ ਆਪਣੀ ਜ਼ਿੰਦਗੀ ਜੀ ਰਹੀ ਹੈ। ਮੌਕੇ ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਹਨਾਂ ਦੋਵਾਂ ਭੈਣ ਭਰਾਵਾਂ ਦੀ ਮਦਦ ਕੀਤੀ ਜਾਵੇ। ਇਸ ਲੋੜਵੰਦ ਪਰਿਵਾਰ ਦੀ ਕਿਸੇ ਵੀ ਤਰ੍ਹਾਂ ਦੀ ਮਦਦ ਕਰਨ ਲਈ ਇਸ ਨੰਬਰ 'ਤੇ ਸੰਪਰਕ ਕੀਤਾ ਜਾ ਸਕਦਾ ਹੈ। 7374 32 185 7374 32 185 ਇਸ 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਤਰਨ ਤਾਰਨ ਤੋਂ ਦਲਵੀਰ ਉਧਰ ਕੇ ਦੀ ਲੋਕ ਭਲਾਈ ਦਾ ਸੁਨੇਹਾ ਟੀਵੀ ਲਈ ਖਾਸ ਰਿਪੋਰਟ। ਜਿਹੜੇ ਇੱਥੇ ਰਹਿ ਰਹੇ ਆ, ਹਾਂਜੀ, ਤੇ ਉਹਨਾਂ ਦਾ ਮਾਂ ਪਿਓ ਵੀ ਕੁਝ ਸਾਲ ਪਹਿਲਾਂ ਐਕਸੀਡੈਂਟ ਹੋ ਗਿਆ ਸੀ ਤੇ ਇਕੱਲੇ ਰਹਿ ਰਹੇ ਆ। ਹਾਂਜੀ, ਤੁਹਾਨੂੰ ਜਾਣਦੇ ਕਿ? ਹਾਂਜੀ ਹਾਂਜੀ, ਡੈਥ ਹੋ ਗਈ ਸੀ ਇਤਨਾ ਵੀ ਦੂਜਾ ਪਿਓ ਦੀ ਉਹਨਾਂ ਦੀ ਡੈਥ ਹੋ ਗਈ, ਦਵਾਈ ਦਵੂਈ ਪੀ ਕੇ ਮਰ ਗਏ ਅਤੇ ਮਾਂ ਦਾ ਇੰਸੀਡੈਂਟ ਹੋ ਗਿਆ ਸੀ। ਹਾਂਜੀ ਹਾਂਜੀ, ਮੰਗ ਇਹਨਾਂ ਨੂੰ ਵੀ ਇਹੋ ਹੀ ਅਨਾਥ ਬੱਚੇ ਆ ਵੀ ਰਾਸ਼ਨ ਪਤਾ ਦਿੱਤਾ ਜਾਵੇ। ਸੌਦਾ ਹਾਂਜੀ ਹਾਂਜੀ।